ਲੋ ਜੀ ਲੋ ਜੀ ਅਸੀਂ ਆ ਚੁੱਕੇ ਹਾਂ ਜੀ ਘਰ ਤੇ ਬਾਕੀ ਘਰ ਤਾਂ ਸਾਫ਼ ਪਿਆ ਬੇੜਾ ਥੋੜਾ ਜਿਹਾ ਬਸ ਗੰਦਾ ਹੋਇਆ ਹੋਇਆਗਾ ਕਿਉਂਕਿ ਕੱਲ ਨਾ بارش ਹੋਈ ਥੋੜੀ ਹਲਕੀ ਫੁਲਕੀ ਜ਼ਿਆਦਾ ਨਹੀਂ ਥੋੜੀ ਹੋਈ ਆ ਬਸ ਅਸੀਂ ਕੱਲ ਗਏ ਸੀ ਸ਼ਾਮ ਨੂੰ ਮਤਲਬ ਇੱਥੋਂ ਤੁਰ ਗਏ ਸੀਗੇ ਸੀ 12:00 ਵਜੇ ਘਰੋਂ ਫਿਰ ਅਸੀਂ ਬਾਗੇ ਸੀ ਜੀ ਜੀਮੇ ਜੀਮਾ ਤੋਂ ਸ਼ੇਰੋਂ ਸ਼ੇਰੋਂ ਤੋਂ ਫਿਰ ਬਰਨਾਲੇ ਥੋੜਾ ਲੇਟ ਹੋ ਗਏ ਸੀ ਅਸੀਂ ਪਹੁੰਚੇ ਹੋਵਾਂਗੇ ਜੀ 5:30 ਬਸ ਫਿਰ ਗੱਲਾਂ ਬਾਤਾਂ ਕਰਦੇ ਰਹੇ ਬਾਜ਼ਾਰ ਵੀ ਜਾਇੰਗੇ ਅੱਜ ਸਵੇਰ ਫਿਰ ਅਸੀਂ ਉੱਥੋਂ ਤੁਰਪੇ ਸੀਗੇ ਕਿ ਸਾਡੇ 8:30 ਦੇ ਟਾਈਮ ਤੁਰਪੀ ਸੀਗੇ ਤੇ ਬਸ ਫਿਰ ਕੋਈ ਵਲੌਗ ਜ਼ਿਆਦਾ ਮੈਂ ਬਣਾਇਆ ਨਹੀਂ ਹੈਗਾ ਕਿਉਂਕਿ ਬਸ ਫਿਰ ਕੁਛ ਮੈਨੂੰ ਆਏ ਸੀ ਵੀ ਗਏ ਆ ਥੋੜੇ ਟਾਈਮ ਲਈ ਗਏ ਆ ਚਲੋ ਗੱਲਾਂ ਬਾਤਾਂ ਕਰਦੇ ਚ ਪਤਾ ਹੀ ਨਹੀਂ ਲੱਗਿਆ ਵਲੌਗ ਬਣਾਉਣਾ ਮੈਂ ਭੁੱਲ ਗਈ ਜਿੰਨਾ ਕ ਬਣਾਇਆ ਸੀ ਉਹਨਾਂ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਕਾ ਕੀਤਾ ਮਤਲਬ ਤੇ ਚਲੋ ਜੀ ਫਿਰ ਆਪਾਂ ਹੁਣ ਘਰ ਦੇ ਕੰਮਕਾਰ ਕਰਦੇ ਆ ਤੁਹਾਨੂੰ ਸੋਫਾ ਵੀ ਦਿਖਾਉਣੇ ਥੋੜਾ ਮੇਰੇ ਸਕਾ ਗਈ ਸੀ ਕਿਤੇ ਬਾਰਿਸ਼ ਕਰ ਜ਼ਿਆਦਾ ਹੋ ਗਈ ਵਾਸੜ ਵਗੈਰਾ ਦਾ ਹਨਾ ਅਸੀਂ ਇੰਦਰ ਕਰ ਗਏ ਸੀ ਇਥੋਂ ਅਸੋਣ ਨੂੰ ਇੱਥੇ ਸੈੱਟ ਕਰੂੰਗੀ ਕਿਉਂਕਿ ਅਸੀਂ ਸ਼ਾਮ ਨੂੰ ਫੇਰ ਜਾਣਾ ਤੇ ਬਾਕੀ ਇੱਕ ਪਰਦੇ ਵਗੈਰਾ ਲਾਉਣੇ ਤੇ ਝਾੜੂ-ਝੂੜ ਲਾਉਣੇ ਕੱਪੜੇ ਪਾ ਕੇ ਉਹਨੇ ਮਸ਼ੀਨ 'ਚ ਧੋਣ ਲਈ। ਲੋ ਜੀ ਕੰਮ ਮੈਂ ਸ਼ੁਰੂ ਕੀਤਾ ਕੱਪੜਿਆਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਕੱਪੜੇ ਨੇ ਧੂਣ ਵਾਲੇ ਉਹ ਮਸ਼ੀਨ ਦੇ ਵਿੱਚ ਪਾ ਦੂੰ ਤੇ ਜਿਹੜਾ ਲੱਗ ਜੂਗਾ ਨਾਲ ਦੀ ਨਾਲ ਮੈਂ ਆਪਣੇ ਫਿਰ ਅੰਦਰ ਝਾੜੂ ਪੋਚਦਾ ਕੰਮ ਆ ਜਿਹੜਾ ਉਹ ਖਤਮ ਕਰ ਲੂੰਗੀ। ਜਦ ਤੱਕ ਇੱਧਰ ਜਿਹੜਾ ਲੱਗਿਆ ਕੋਈ ਉੱਧਰ ਮੇਰਾ ਥੋੜਾ ਬਹੁਤਾ ਕੰਮ ਖਤਮ ਹੋ ਜੂਗਾ। ਫਿਰ ਮੈਂ ਆਪਣੇ ਕੱਪੜੇ ਨਾਲ ਨਾਲ ਖੰਗਾਲ ਕੇ ਪਾ ਦੂੰਗੀ ਤੇ ਦੇਖੋ ਕੁੱਛ ਕੱਪੜੇ ਇੱਧਰ ਵੀ ਡੰਗੇ ਹੋਏ ਸੀ ਵਾਸ਼ਰੂਮ ਚ ਕੱਪੜੇ ਇੰਨੇ ਕ ਜਿਆਦਾ ਸੀ ਅੱਜ ਬਹੁਤ ਜਿਆਦਾ ਕੱਪੜੇ ਹੋ ਗਏ ਸੀ ਬੈੱਡ ਸ਼ੀਟ ਉਸ ਦਿਨ ਉਤਾਰੀ ਸੀਗੀ ਉਹ ਵੀ ਮੈਂ ਤੈਅ ਕਰਕੇ ਰੱਖਤੀ ਸੀ ਇਹੀ ਫਾਇਦਾ ਹੁੰਦਾ ਜੀ ਤੈਅ ਕਰਨ ਦਾ ਵੀ ਆਪਾਂ ਤੈਅ ਕਰਕੇ ਰੱਖ ਲਓ ਜਦੋਂ ਮਤਲਬ ਟਾਈਮ ਮਿਲੇ ਕਈ ਵਾਰ ਟਾਈਮ ਮਿਲਦਾ ਵੀ ਨਹੀਂ ਹੈਗਾ ਉਦੋਂ ਤੋੜੋ ਕੱਪੜੇ ਮੈਂ ਪਾ ਕੇ ਆ ਗਈ ਜੀ ਮਸ਼ੀਨ ਚ ਇੱਧਰ ਮੈਂ ਲਾਉਣਾ ਕੀਤਾ ਝਾੜੂ ਸ਼ੁਰੂ ਤੇ ਇੱਥੇ ਪਤਾ ਕੀ ਹੋਇਆ ਜੀ ਬਹੁਤ ਵੱਡੀ ਮੇਤੋਂ ਮਤਲਬ ਪੁੱਲ ਹੋ ਗਈ ਭੁੱਲ ਵੀ ਮਤਲਬ ਮੇਰੇ ਦਿਮਾਗ ਦੇ ਵਿੱਚੋਂ ਮਾਈਂਡ ਦੇ ਵਿੱਚੋਂ ਬਿਲਕੁਲ ਗੱਲ ਡਿਲੀਟ ਹੋ ਗਈ ਕਿ ਮੇਰਾ ਵੀਡੀਓ ਜਿਹੜਾ ਮਤਲਬ ਕੱਲ ਗਿਆਗਾ ਉਹ ਅੱਜ ਜਾਣਾ ਸੀ ਜਿਹੜਾ ਅੱਜ ਵਾਲਾ ਵੀਡੀਓ ਹੋਗਾ ਇਹ ਕੱਲ ਜਾਣਾ ਸੀਗਾ ਪਰ ਪਤਾ ਨਹੀਂ ਕਿਉਂ ਮੈਂ ਬਿਲਕੁਲ ਹੀ ਭੁੱਲੇ ਗਈ ਵੀ ਮੈਂ ਮਤਲਬ ਮੇਰਾ ਇੱਕ ਤਾਂ ਵੀਡੀਓ ਹੋਰ ਹੈਗਾ ਐਕਸਟਰਾ ਬਣਿਆ ਹੋਇਆ ਜਦੋਂ ਅਸੀਂ ਬਰਨਾਲੇ ਤੋਂ ਘਰ ਆਏ ਸੀਗੇ ਉਹ ਵੀਡੀਓ ਤਾਂ ਮੈਂ ਭੁੱਲੀ ਗਈ ਵੀ ਮੇਰਾ ਵੀਡੀਓ ਇੱਕ ਹੋਰ ਰਹਿਦਾ ਅਪਲੋਡ ਕਰਨ ਵਾਲਾ ਕਿਉਂਕਿ ਜਦੋਂ ਸੀ ਜੀ ਮੈਂ ਗਿਆ ਇੱਕ ਵੀਡੀਓ ਦਾ ਮੈਂਡ ਕਰਕੇ ਗਏ ਸੀ ਜੀ ਜਿਹੜਾ ਇਹ ਵਾਲਾਗਾ ਤੇ ਪਰ ਮੇਰੇ ਦਿਮਾਗ ਦੇ ਵਿੱਚੋਂ ਪਤਾ ਨਹੀਂ ਕਿਉਂ ਨਿਕਲ ਗਿਆ ਕੁਝ ਤਾਂ ਕੰਮ ਹੋ ਜਾਂਦੇ ਨੇ ਜੀ ਦੇਖੋ ਕੱਲ ਬਾਰਿਸ਼ ਨੇ ਬਹੁਤ ਗਾਹ ਪਾਇਆ ਐਨੇ ਪੱਤੇ ਮਤਲਬ ਜਿਹੜੀ ਪਹਿਲਾਂ ਨੇਹਰੀ ਆਈ ਪੱਤੇ ਪੁੱਤੇ ਬਹੁਤ ਜ਼ਿਆਦਾ ਹੋ ਗਏ ਇਕੱਠੇ ਜਦੋਂ ਘਰ ਆਈ ਵਾਪਸ ਮੈਂ ਦੇਖਿਆ ਵੀੜੇ ਜ ਤਾਂ ਪੂਰੇ ਹੀ ਗਾਹ ਪਿਆ ਹੋਇਆ ਸੀ ਅੰਦਰੋਂ ਠੀਕ ਸੀਗਾ ਅੰਦਰ ਦੀ ਸਾਫ ਸਫਾਈ ਜਿਹੜੀ ਵਧੀਆ ਸੀ ਵਧੀਆ ਪਿਆ ਸੀ ਸਾਫ ਸੀ ਕਿਉਂਕਿ ਬਸ ਸਵੇਾਈ ਆਈ ਸੀ ਇਹ ਕਲੇਰ ਸਾਹਿਬ ਆ ਤੇ ਬਾਕੀ ਸਭ ਸੀਗਾ ਬੀੜਾ ਬਹੁਤ ਗੰਦਾ ਹੋਇਆ ਪਿਆ ਸੀ ਇੱਕ ਤਾਂ ਦੇਖੋ ਬਾਰ-ਬਾਰ ਘਰ ਹੋ ਗਿਆ ਹਨਾ ਦਰਖਤ ਹੋ ਗਏ ਸਭ ਦੇ ਘਰ ਆਪਣੇ ਘਰ 베ਰੀ ਹੋ ਗਈ ਬਹੁਤ ਪੱਤੇ ਸੱਤੇ ਖਿੰਡੇ ਪਏ ਸੀਗੇ ਤੇ ਬਸ ਆ ਕੇ ਮੇਰਾ ਮਨ ਪਤਾ ਨਹੀਂ ਮੈਨੂੰ ਕਿਉਂ ਆਇਆ ਹੋਇਆ ਵੀ ਜਲਦੀ ਜਲਦੀ ਨਾ ਮੈਂ ਵੀਡੀਓ ਐਡੀਟਿੰਗ ਤੇ ਲਾਤੀ ਆਪਣੇ ਜਿਹੜੀਆਂ ਕਲਿੱਪਾਂ ਸੀ ਉਹ ਜੋੜਨ ਲਈ ਲਾਤੀਆਂ ਪਰ ਇਹ ਧਿਆਣਾ ਮਤਲਬ ਦਿਮਾਗ ਦੇ ਵਿੱਚੋਂ ਕੱਲ ਨਿਕਲੀ ਗਈ ਵੀ ਕਿਹੜਾ ਵੀਡੀਓ ਅੱਜ ਜਾਊਗਾ ਚਲੋ ਜੀ ਕੋਈ ਗੱਲ ਨਹੀਂ ਇਹ ਕੱਲ ਵਾਲਾ ਵੀਡੀਓ ਤੁਸੀਂ ਅੱਜ ਦੇਖ ਲਿਓ ਜੀ ਫਿਰ ਬਣਿਆ ਹੋਇਆ ਸੀਗਾ ਵੀਡੀਓ ਮੈਂ ਕਿਹਾ ਚਲੋ ਹਨਾ ਇਹ ਅਪਲੋਡ ਕਰ ਹੀ ਦਿੰਨੇ ਆ ਅੱਜ ਮੈਂ ਜਦੋਂ ਬਣਾ ਹੀ ਰੱਖਿਆ ਦਾ ਕਿਉਂਕਿ ਆਕੇ ਫਿਰ ਮੈਂ ਆਪਣਾ ਘਰ ਆਕੇ ਨਾ ਮਤਲਬ ਨਾਲ ਦੀ ਨਾਲ ਵੀਡੀਓ ਸਟਾਰਟ ਕਰਤਾ ਸੀਗਾ ਇਹ ਆਪਣਾ ਸ਼ੁੱਕਰਵਾਰ ਜਾਂ ਸ਼ਨੀਵਾਰ ਵਾਲੇ ਦਿਨ ਆਹ ਸੌਰੀ ਬੀਰਵਾਰ ਵਾਲੇ ਦਿਨ ਆਪਣਾ ਵੀਡੀਓ ਮੈਂ ਆਕੇ ਨਾਲ ਦੀ ਨਾਲ ਕਰ ਸਟਾਰਟ ਕਰਤਾ ਸੀ ਕਿਉਂਕਿ ਅਸੀਂ ਬੁੱਧਵਾਰ ਗਏ ਸੀ ਕਿ ਉੱਥੇ ਤਾਂ ਬਰਨਾਲੇ ਵੀਰਵਾਰ ਅਸੀਂ ਵਾਪਸ ਆਏ ਸੀਗੇ ਉੱਥੋਂ ਆਕੇ ਮੈਂ ਆਪਣਾ ਵੀਡੀਓ ਸਟਾਰਟ ਕਰ ਲਿਆ ਸੀਗਾ ਪਰ ਦਿਮਾਗ ਦੇ ਵਿੱਚੋਂ ਪਤਾ ਨਹੀਂ ਕਿਵੇਂ ਮੇਰੇ ਨਿਕਲੇ ਆ ਕਿ ਮੇ ਨਾਂ ਵੀ ਇੱਕ ਵੀਡੀਓ ਮੇਰੀ ਹੋਰ ਹੈਗੀ ਆ ਚਲੋ ਜੀ ਕੋਈ ਗੱਲ ਨਹੀਂ ਤੇ ਇੱਥੇ ਬਸ ਮੈਂ ਅੰਦਰ ਝਾੜੂ ਲਾ ਲਿਆ ਸੀਗਾ ਪਹਿਲਾਂ ਮੈਨੂੰ ਇਹ ਸੀ ਵੀ ਸੋਫੇ ਮੈਂ ਇੱਥੇ ਹੀ ਰੱਖ ਦੂੰਗੀ ਫਿਰ ਮੈਂ ਕਿਹਾ ਚਲ ਕੋਈ ਨਹੀਂ ਨਾਲੇ ਨੇਰੀ ਵਗੈਰਾ ਆਈ ਸੀ ਕਿਉਂਕਿ ਜਿੱਦਣ ਅਸੀਂ ਬਰਨਾਲੇਗੇ ਉਦੋਂ ਵੀ ਹਵਾ ਚੱਲੀ ਸੀਗੀ ਵੀ ਕੂੜਾ ਕਾੜਾ ਨਿਕਲ ਜੂ ਘਰ ਨੀਚੋਂ ਸਾਫ਼ ਹੋ ਜੂ ਫਿਰ ਮੈਂ ਥੋੜਾ ਜਿਹਾ ਸੋਫਾ ਮਤਲਬ ਥੋੜਾ ਜਿਹਾ ਨਹੀਂ ਜ਼ਿਆਦਾ ਨਹੀਂ ਮਤਲਬ ਥੋੜਾ ਹ ਇੱਧਰ ਕਰ ਲਿਆ ਸੀ ਇੱਧਰ ਕਰਕੇ ਨਾਲੇ ਤਾਂ ਦੇਖੋ ਝਾੜੂ ਲੱਗ ਗਿਆ ਸੀ ਨੀਚੇ ਹੈਨਾ ਵਧੀਆ ਤੇ ਮੇਗਾ ਝਾੜੂ ਪੋਚਾ ਵਧੀਆ ਲੱਗ ਜੂਗਾ ਫਿਰ ਜਾਣਾ ਸੀ ਅਸੀਂ ਚੀਮੇ ਮੇਰੀ ਜਿਹੜੀ ਚੀਮੇ ਵਾਲੀ ਮਣ ਦਾ ਉਥੇ ਹੋਣੇ ਕਿਹਾ ਸੀ ਵੀ ਆਜੋ ਸ਼ਾਮ ਨੂੰ ਫਿਰ ਮੈਨੂੰ ਇਹ ਚਲੋ ਹੋਇਆ ਵੀ ਕੰਮ ਕਰ ਮੈਂ ਕਰਕੇ ਸ਼ਾਮ ਨੂੰ ਹੀ ਆ ਜੂਗੀ ਤੇ ਅਸੀਂ ਦੁਬਾਰਾ ਸ਼ਾਮ ਨੂੰ ਚਲੇ ਗਏ ਸੀ ਕਿ ਜਿਹੜਾ ਕੀ ਵੀਡੀਓ ਤੁਹਾਡੇ ਕੋਲੇ 깔 ਗਿਆ ਜੀ ਤੇ ਬਾਕੀ ਇੱਥੇ ਬਸ ਝਾੜੂ ਲਾਉਣ ਤੋਂ ਬਾਅਦ ਮੈਂ ਨਾਲ ਮਤਲਬ ਫਿਰ ਕੱਪੜੇ ਨਾਲ ਦੀ ਨਾਲ ਧੋ ਲੂੰਗੀ ਕੱਪੜੇ ਵੀ ਕਾਫੀ ਨੇਗੇ ਤੇ ਮੈਂ ਨਹੀਂ ਤੇ ਮੈਂ ਮਤਲਬ ਰਹਿ ਜਾਣਾ ਸੀਗਾ ਉੱਥੇ ਵੀ ਚਲ ਸ਼ਾਮ ਨੂੰ ਕੀ ਆਉਣਾ ਸੀ ਨਾ ਕਲੇਰ ਸਾਹਿਬ ਕੁ ਲੈ ਆ ਜਾਂਦੇ ਕਲੇਰ ਸਾਹਿਬ ਨੇ ਵੀ ਜਾਣਾ ਸੀ ਕਿਤੇ ਤਾਂ ਕਰਕੇ ਆ ਗਏ ਸੀ ਨਹੀਂ ਫਿਰ ਚਲ ਰਹਿ ਵੀ ਜਾਂਦੇ ਤੇ ਫਿਰ ਮੈਨੂੰ ਇਹ ਸੀ ਵੀ ਚਲ ਨੇੜਿਆ ਚੀਮਾ ਕਿਹੜਾ ਜ਼ਿਆਦਾ ਦੂਰ ਹੈਗਾ ਫਿਰ ਮੈਂ ਤੇ ਪਿੰਦਰ ਆ ਗਏ ਸੀਗੇ ਘਰ ਵਾਪਸ ਮਤਲਬ ਕਲੇਰ ਸਾਹਿਬ ਵੀ ਆਏ ਸੀ ਕਲੇਰ ਸਾਹਿਬ ਗਏ ਸੀਗੇ ਵਸ ਲੈ ਕੇ ਫਿਰ ਆਪਣਾ ਕੰਮ ਕਾਰ ਕਰਕੇ ਖਤਮ ਅਸੀਂ ਦੁਬਾਰਾ ਚਲੇ ਗਏ ਸੀਗੇ ਤੇ ਬਸ ਜੇ ਇਥੇ ਦੇਖੋ ਸੋਫਾ ਸੈੱਟ ਹੋ ਗਿਆ ਡਸਟਿੰਗ ਵਗੈਰਾ ਮੈਂ ਬਾਅਦ ਚ ਕਰੂੰਗੀ ਤੇ ਪਹਿਲਾਂ ਬਸ ਝਾੜੂ ਲਾ ਕੇ ਬਾਹਰ ਦਾ ਵੀ ਬਹੁਤ ਜ਼ਿਆਦਾ ਹੋ ਸੀਗਾ ਬਾਹਰ ਨ ਪੱਤੇ ਹੋ ਜਾਂਦੇ ਆਗੇ ਪਤਾ ਨਹੀਂ ਕਿੱਥੋਂ ਕਿੱਥੋਂ ਉੱਡ ਕੇ ਪੱਤੇ ਆ ਜਾਂਦੇ ਆ ਜਦੋਂ ਨੇਰੀ ਚੱਲਦੇ ਫਿਰ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਕੂੜਾ ਉੱਡ ਕੇ ਬੇੜੇ ਵਿੱਚ ਵਜੇ ਲੱਗਾ ਤੇ ਬਾਕੀ ਦੇਖੋ ਖਾਣਾ ਪੀਣਾ ਕੁਛ ਨਹੀਂ ਘਰ ਸਬਜੀ ਵਗੈਰਾ ਕੁਛ ਨਹੀਂ ਨਾ ਹੀ ਕੋਈ ਲਈ ਹੋਈ ਆ ਸਬਜੀ ਨਾ ਹੀ ਕੋਈ ਬਣੀ ਹੋਈ ਆ ਤੇ ਬਾਕੀ ਦੇਖਦੇ ਆ ਕੀ ਬਣਾ ਕੇ ਦਿੰਨੀ ਆ ਬੱਚਿਆਂ ਨੂੰ ਤੇ ਇਥੇ ਵਸ ਮੇਰਾ ਜਿਹੜਾ ਝਾੜੂ ਆ ਵੇੜੇ 'ਚ ਲੱਗ ਚੁੱਕਿਆ ਸੀਗਾ ਤੇ ਵੇੜੇ 'ਚ ਝਾੜੂ ਲਾਉਣ ਤੋਂ ਬਾਅਦ ਫਿਰ ਮੈਂ ਆਪਣਾ ਨਾਲ ਦੀ ਨਾਲ ਜਿਹੜੇ ਮੇਰੇ ਕੱਪੜੇ ਸੀ ਉਧਰੋਂ 라ਉਂਡ ਲੱਗ ਚੁੱਕਿਆ ਸੀਗਾ ਤੇ ਪਾਰਕ 'ਚ ਮੈਂ ਲਾਇਆ ਨਹੀਂ ਝਾੜੂ ਮੈਂਗਾ ਚੱਲਾਂ ਬਾਅਦ 'ਚ ਦੇਖੂਂਗੀ ਉਧਰ ਥੋੜਾ ਜਿਹਾ ਉਧਰੋਂ ਡੁੱਡ ਕੇ ਕੂੜਾ ਇੱਧਰ ਨੂੰ ਹੀ ਆਉਂਦਾ ਜਦੋਂ ਹਵਾ ਚੱਲਦੀ ਹੈ ਫਿਰ ਕੂੜਾ ਇੱਧਰ ਨੂੰ ਆ ਜਾਂਦਾ ਜੀ ਲੋ ਜਿੱਧਰ ਮੇਰੇ ਕੱਪੜੇ ਵੀ ਜਿਹੜੇ ਹੋਤ ਹੋ ਚੁੱਕੇ ਸੀਗੇ ਤੇ ਆਪਾਂ ਕੱਢ ਲਈ ਮਸ਼ੀਨ ਤੋਂ ਬਾਹਰ ਸਾਰਿਆਂ ਨੂੰ ਖੰਘਾਲ ਕੇ ਮੈਂ ਪਾ ਦੂੰਗੀ ਸੁੱਕਣੇ ਇਹਨਾਂ ਕੰਮ ਸੀ ਜਿਹੜਾ ਮੇਰਾ ਖਤਮ ਹੋ ਚੁੱਕਿਆ ਕੱਪੜੇਵੇਂ ਸਾਰੇ ਧੋਤੇ ਤੇ ਕੁਛ ਕੱਪੜੇ ਦੇਖੋ ਇਹ ਦੋ ਤਾਰਾਂ ਪੂਰੀਆਂ ਭਰ ਗਿਆ ਕੁਛ ਕੱਪੜੇ ਮੇਰੇ ਉਧਰ ਬਾਥਰੂਮ ਵਾਲੀ ਸਾਈਡ ਆ ਵੀ ਤਾਰਾਂ ਅਗੀ ਉੱਤਰ ਸੁੱਕਣੇ ਪਏ ਹੋਏ ਨੇਗੇ ਤੇ ਵਸ ਟਾਵਲ ਵਗੈਰਾ ਜੋ ਵੀ ਵੈੱਡ ਸ਼ੀਟ ਕਵਰ ਵਗੈਰਾ ਸੀ ਸਾਰੇ ਮੈਥੇ ਧੋਤੇ ਇੱਕੋ ਇੱਕ ਕੱਪੜਾ ਜਿਹੜਾ ਧੋਤਾ ਤੇ ਆਪਣੇ ਜਿਹੜੇ ਮੈਂ ਉਤਾਰੇ ਸੀਗੇ ਆ ਕੇ ਚੇਂਜ ਕੀਤੇ ਸੀਗੇ ਉਹ ਮੈਂ ਹੁਣ ਨਾ ਕੇ ਉਤਾਰਤੇ ਤੇ ਵਾ ਸੋ ਮੈਂ ਪਾ ਕੇ ਆਈਆਂ ਜੀ ਮਸ਼ੀਨ ਦੇ ਵਿੱਚ ਮੈਂ ਕਿਹਾ ਚਲੋ ਵੀ ਤੋ ਇਹ ਜਿਹੜੇ ਸੁੱਕੇ ਕੱਪੜੇ ਸੀਗੇ ਦੇਖੋ ਮੰਜੀ ਤੇ ਉਤਾਰ ਕੇ ਰੱਖ ਤੇ ਸਾਰੇ ਕੁਝ ਜਿਹੜੇ ਕੁਸ਼ਨ ਕਵਰ ਸੀਗੇ ਉਹ ਸੁੱਕਣੇ ਪਏ ਹੋਣੇ ਦੋ ਤਾਰਾ ਦੇਖੋ ਇਹ ਭਰ ਗਈਆਂ ਪੂਰੀਆਂ ਤੇ ਬਾਕੀ ਉਧਰ ਬਾਥਰੂਮ ਵਾਲੀ ਸਾਈਡ ਗੱਡੀ ਦੇ ਪਿੱਛੇ ਸੋਨੂੰ ਸਾਈਡ ਦੇਖ ਨਹੀਂ ਰਹੇ ਕੁਛ ਕੱਪੜੇ ਮੈਂ ਉਧਰ ਸੁੱਕਣੇ ਪਾਤੇ ਸੀਗੇ ਤੇ ਬਾਕੀ ਇੱਧਰ ਦੀ ਸਾਫ ਸਫਾਈ ਦੇਖੋ ਜੀ ਸਾਰੀ ਰੂਮ ਬਰਾਂਡਾ ਸਭ ਮੇਰੇ ਘਰ ਦੀ ਜਿਹੜੀ ਸਾਫ ਸਫਾਈਆ ਹੋ ਚੁੱਕੀ ਆ ਠੀਕ ਹੋ ਇੱਧਰ ਸਾਰਾ ਕੰਮ ਜਿਹੜਾ ਸਾਫ਼ ਹੋ ਚੁੱਕਿਆ ਲੋ ਜੀ ਇੱਧਰ ਇਹ 베ਰ ਤੋੜ ਕੇ ਰੱਖੇ ਨੇ ਕੁਸ਼ਕ ਤੇ ਇੱਧਰ ਸੈਂਡਵਿਚ ਦੀ ਮੈਂ ਤਿਆਰੀ ਕਰ ਲਈ ਬੱਚਿਆਂ ਨੂੰ ਸੈਂਡਵਿਚ ਬਣਾ ਕੇ ਖਵਾਉਂਗੀ ਕਿਉਂਕਿ ਮੇਰੇ ਨਾਲ ਦਾਦਾ ਬੇਟਾ ਆਇਆ ਹੋਇਆ ਪਿੰਦਰ ਤੇ ਮੈਂ ਤੈਨੂੰ ਜਣਿਆ ਬ੍ਰੈਡ ਵਗੈਰਾ ਮੰਗਵਾ ਲਈ ਤੇ ਚਾਹ ਇੱਧਰ ਬਣ ਚੁੱਕੀ ਹੈ ਜੀ ਤੇ ਬਸ ਸੈਂਡਵਿਚ ਦੀ ਤਿਆਰੀ ਆ ਹਾਂ ਇੱਥੇ ਐਂਡ ਕਰਦੇ ਆ ਕੱਲ ਨੂੰ ਮਿਲਦੇ ਆ 1 ਵਜੇ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਸੇ ਰਹੋ ਖੁਸ਼ ਰਹੋ ਖੁਸ਼हाल ਰਹੋ ਨਾਇਦਨ ਬਾਏ ਬਾਏ